ਕਰਦੇ ਕਹਿੰਦੇ ਤੂੰ ਆਪਦਾ ਤੂੰ ਘੱਟ ਹੀ ਬੋਲ ਹਨਾ ਤੂੰ ਘੱਟ ਹੀ ਰਹਿ ਜਿੰਨਾ ਕੁ ਕੰਮ ਆਉਂਦਾ ਕਰ ਲਓ ਹਨਾ ਉਹ ਤਾਂ ਮੈਨੂੰ ਹੁਣ ਸ਼ੋਆਂ ਤੋਂ ਸ਼ੋਅ ਵੀ ਨਹੀਂ ਲਾਉਣ ਦਿੰਦੇ ਉਹ ਕਹਿੰਦੇ ਵੀ ਤੂੰ ਹੁਣ ਟਰੈਵਲ ਨਹੀਂ ਕਰਨਾ ਤੂੰ ਆਪਦਾ ਫਿਲਮ ਦਾ ਕੰਮ ਕਰ ਉਹ ਮੈਨੂੰ ਲੱਗਦਾ ਆਪਾਂ ਕਿਤੇ ਨਾ ਕਿਤੇ ਹੈਗੇ ਬਹੁਤ ਜੜਾਂ ਨਾਲ ਜੁੜੇ ਹੋਏ ਹਾਂ ਪਿੰਡਾਂ ਦੇ ਲੋਕ ਹਾਂ ਅਸੀਂ ਵੀ ਯਾਰ ਨਾ ਮੈਂ ਤੁਹਾਨੂੰ ਮਤਲਬ ਚਲੋ ਮੀਡੀਆ ਦੇ ਨਾਲ ਆਪਾਂ ਅੱਜ ਗੱਲ ਮੈਂ ਐਵੇਂ ਕਦੀ ਗੱਲਾਂ ਕੀਤੀਆਂ ਨਹੀਂ ਅਸੀਂ ਵੀ ਉਹੀ ਨੋਰਮਲ ਜੇ ਘਰਾਂ ਦੇ ਮੁੰਡੇ ਹਾਂ ਫਾਜ਼ਿਲਕਾ ਮੇਰਾ ਸ਼ਹਿਰ ਹੈ ਜੀ ਮੇਰੇ ਘਰ ਦੇ ਮਤਲਬ ਮੇਰੇ ਤੋਂ ਜ਼ਿਆਦਾ ਉਹ ਡਰਦੇ ਆ ਵੀ ਕੋਈ ਕਈ ਰਿਪੋਰਟ ਹੋ ਗਈ ਹੋ ਜੇ ਹਨਾ ਉਹ ਨਿਊਜ਼ ਬਣ ਜਾਂਦੀ ਆ ਹੁਣ ਕੱਲ੍ਹ ਦਾ ਕੋਈ ਨਿਊਜ਼ ਆਈ ਹੈ ਤਾਂ ਸਾਰੇ ਡਰੇ ਪਏ ਆ ਸੋ ਘਰ ਦੇ ਕਹਿੰਦੇ ਤੂੰ ਆਪਦਾ ਤੂੰ ਘੱਟ ਹੀ ਬੋਲ ਹਨਾ ਤੂੰ ਘੱਟ ਹੀ ਰਹਿ ਜਿੰਨਾ ਕੁ ਕੰਮ ਆਉਂਦਾ ਕਰ ਲਓ ਹਨਾ ਉਹ ਤਾਂ ਮੈਨੂੰ ਹੁਣ ਸ਼ੋਆਂ ਤੋਂ ਸ਼ੋਅ ਵੀ ਨਹੀਂ ਲਾਉਣ ਦਿੰਦੇ ਉਹ ਕਹਿੰਦੇ ਵੀ ਤੂੰ ਹੁਣ ਟਰੈਵਲ ਨਹੀਂ ਕਰਨਾ ਤੂੰ ਆਪਦਾ ਫਿਲਮ ਦਾ ਕੰਮ ਕਰ ਉਹ ਮੈਨੂੰ ਲੱਗਦਾ ਆਪਾਂ ਕਿਤੇ ਨਾ ਕਿਤੇ ਹੈਗੇ ਬਹੁਤ ਜੜਾਂ ਨਾਲ ਜੁੜੇ ਹੋਏ ਹਾਂ ਪਿੰਡਾਂ ਦੇ ਲੋਕ ਹਾਂ ਅਜੇ ਸਾਡੀ ਇੰਡਸਟਰੀ ਬਣ ਰਹੀ ਹੈ ਬਹੁਤ ਚੀਜ਼ਾਂ ਸਿੱਖ ਰਹੇ ਹਾਂ ਅਸੀਂ ਕਈ ਵਾਰੀ ਹੋ ਜਾਂਦੀਆਂ ਗਲਤੀਆਂ ਸਾਡੇ ਤੋਂ ਵੀ ਹੋ ਜਾਂਦੀਆਂ ਉਹ ਪਰ ਐਂ ਵੀ ਪਬਲਿਕ ਜਿੰਦਾਬਾਦ ਹੈ ਉਹ ਉਹਦੇ ਕੋਲ ਪੂਰਾ ਹੱਕ ਹੈ ਸਾਨੂੰ ਗਲਤ ਬੋਲਣ ਦਾ ਵੀ ਸਹੀ ਬੋਲਣ ਦਾ ਤੁਹਾਡੇ ਸਿੰਗਰਾਂ ਨੂੰ ਲਗਾਤਾਰ ਜਿਹੜੀਆਂ ਮਤਲਬ ਧਮਕੀਆਂ ਦਿੱਤੀਆਂ ਜਾ ਰਹੀਆਂ ਉਸ ਦੇ ਬਾਰੇ ਕੱਲ੍ਹ ਵੀ ਮਨਕੀ ਤੌਲਕ ਨੇ ਵੀ ਇਸ ਬਾਰੇ ਮੁੱਖ ਮੰਤਰੀ ਨਾਲ ਮਿਲ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬਹੁਤ ਮੰਦਭਾਗ ਹੈ ਜੀ ਔਰ ਮੈਂ ਚਾਹੁੰਦਾ ਵੀ ਸਰਕਾਰ ਦੇ 'ਤੇ ਕਾਰਵਾਈ ਕਰੇ ਔਰ ਕਰੇਗੀ ਮੁੱਖ ਮੰਤਰੀ ਸਾਹਿਬ ਨੇ ਆਸ਼ਵਾਸਨ ਵੀ ਦਿੱਤਾ ਹੈ ਕਿ ਉਹ ਸੇਫਟੀ ਪ੍ਰੋਵਾਈਡ ਕਰਨਗੇ ਔਰ ਸਾਡੇ ਪੰਜਾਬ ਦਾ ਮਾਹੌਲ ਬਿਲਕੁਲ ਠੀਕ ਹੋਏਗਾ ਵੀ ਅਸੀਂ ਦੁਆ ਕਰਦੇ ਹਾਂ ਔਰ ਮੈਂ ਸਾਰਿਆਂ ਨੂੰ ਕਹਿੰਦਾ ਕਿ ਤੁਸੀਂ ਆਪਣਾ ਆਪਣਾ ਖਿਆਲ ਰੱਖੋ ਅਤੇ ਮੈਂ ਤਾਂ ਗੈਂਗਸਟਰ ਭਰਾਵਾਂ ਨੂੰ ਵੀ ਇਹ ਬੇਨਤੀ ਕਰੂੰਗਾ ਵੀ ਬਾਈ ਅਸੀਂ ਵੀ ਬੜੇ ਆਮ ਘਰਾਂ ਤੋਂ ਨਿਕਲੇ ਹੋਏ ਲੋਕ ਹਾਂ ਸਾਡਾ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਕੋਈ ਅਸੀਂ ਤਾਂ ਗਾਣੇ ਗਾਉਣੇ ਆ ਕੰਮ ਕਰਨਾ ਅਸੀਂ ਕਿਹੜਾ ਲੜਾਈਆਂ ਕਰਨੀਆਂ ਸੋ ਸਾਡੇ ਵਾਲਾ ਮਹਿਕਮਾ ਭਾਈ ਤੁਸੀਂ ਛੱਡ ਦਿਓ ਮੈਂ ਤਾਂ ਇਹੀ ਬੇਨਤੀ ਜੀ ਨਹੀਂ ਬਿਲਕੁਲ ਮਾਣ ਤਾਂ ਸਾਨੂੰ ਵੀ ਹੈਗਾ ਕਿ ਹੁਣ ਸਾਡੇ ਸਾਡਾ ਡਿਪਾਰਟਮੈਂਟ ਅੱਗੇ ਆਇਆ ਸੋ ਅਸੀਂ ਦੁਆ ਕਰਦੇ ਹਾਂ ਉਮੀਦ ਕਰਦੇ ਹਾਂ ਉਮੀਦਾਂ ਤਾਂ ਮੈਨੂੰ ਲੱਗਦਾ ਹਰ ਇੱਕ ਨੂੰ ਸਿਰਫ ਕਲਾਕਾਰਾਂ ਨੂੰ ਨਹੀਂ ਉਮੀਦਾਂ ਪੂਰੇ ਪੰਜਾਬ ਨੂੰ ਬਹੁਤ ਉਮੀਦਾਂ ਨੇ ਇੱਕ ਵੱਡਾ ਚੇਂਜ ਇੱਕ ਵੱਡਾ ਵੱਡਾ ਫੇਰ ਬਦਲ ਹੋਇਆ ਪੋਲੀਟਿਕਸ 'ਚ ਸਾਰਾ ਵਰਲਡ ਪੰਜਾਬ 'ਤੇ ਨਜ਼ਰ ਟਿਕਾ ਕੇ ਬੈਠਾ ਹਰ ਬੰਦਾ ਚਾਹੁੰਦਾ ਹੈ ਕਿ ਬਦਲੇ ਚੀਜ਼ਾਂ ਬਦਲਣ ਅਸੀਂ ਦੁਆ ਕਰਦੇ ਹਾਂ ਉਮੀਦ ਵੀ ਕਰਦੇ ਹਾਂ ਕਿ ਬਦਲਣ ਮੈਂ ਤਾਂ ਸਿਰਫ ਇੰਨਾ ਕਹਿਣਾ ਚਾਹੂੰਗੀ ਵੀ ਤੁਸੀਂ ਜਿੰਨੀ ਸੀਰੀਅਸ ਕਰਤੀ ਇੰਟਰਵਿਊ ਸਾਡੀ ਫਿਲਮ ਦੀ ਪ੍ਰਮੋਸ਼ਨ ਸੀਗੀ ਸੋ ਲੇਖ ਆ ਰਹੀ ਹੈ ਜੀ ਥੀਏਟਰ 'ਚ ਬਹੁਤ ਹੀ ਪਿਆਰੀ ਫੁੱਲ ਐਂਟਰਟੇਨਮੈਂਟ ਫਿਲਮ ਹੈ ਤੁਸੀਂ ਲੇਖ ਵੇਖੋ ਜਾ ਕੇ ਉਸ ਤੋਂ ਬਾਅਦ ਕੋਈ ਗੱਲ ਕਰੋ ਦੈਟਸ ਐਵਰੀਥਿੰਗ ਗਾਈਜ਼ ਥੈਂਕ ਯੂ ਜੀ ਇਹ ਸਾਡੀ ਟਰਾਂਸਫੋਰਮੇਸ਼ਨ ਹੈ ਜੀ ਪਹਿਲੇ ਉਹ ਸਕੂਲ ਦੇ ਸਟੂਡੈਂਟਸ ਵਿਖਾਏ ਨੇ 11ਵੀਂ ਕਲਾਸ ਦੇ ਫਿਰ ਇਹ ਨੋਰਮਲ ਲਾਈਫ ਬੈਕ ਟੂ ਇੱਕ ਟਾਈਮ ਲੈਪਸ ਹੈ ਉਹ ਵਿਖਾਇਆ ਇਹਦੇ ਕਰਕੇ ਅਸੀਂ ਬਹੁਤ ਮਿਹਨਤ ਕੀਤੀ ਐਂਡ ਇਟਸ ਟਰਾਂਸਫੋਰਮੇਸ਼ਨ ਕਰਕੇ ਫਿਲਮ ਨੂੰ ਟਾਈਮ ਲੱਗ ਗਿਆ ਥੈਂਕਸ ਟੂ ਦੀ ਪ੍ਰੋਡਿਊਸਰਸ ਜਿਨ੍ਹਾਂ ਨੇ ਇੰਨੀ ਪੇਸ਼ੈਂਟਲੀ ਇਹ ਫਿਲਮ 'ਤੇ ਆਪਣਾ ਟਾਈਮ ਇਨਵੈਸਟ ਕੀਤਾ ਥੈਂਕਸ ਟੂ ਦੀ ਰਾਈਟਰ ਜਿਨ੍ਹਾਂ ਨੇ ਡੀਟੇਲ 'ਚ ਦੋ ਅਲੱਗ ਏਜ ਗਰੁੱਪਸ ਨੂੰ ਡੀਟੇਲ 'ਚ ਲਿਖਿਆ ਸਾਡੇ ਡਾਇਰੈਕਟਰ ਨੇ ਬਹੁਤ ਸੋਹਣੇ ਤਰੀਕੇ ਨਾਲ ਡਾਇਰੈਕਟ ਕੀਤੀ ਹੈ ਗੁਰਨਾਮ ਨੇ ਬਹੁਤ ਮਿਹਨਤ ਲਗਾਈ ਹੈ ਜੀ ਵੇਟ ਗੇਨ ਕੀਤਾ ਐਂਡ ਦੈਨ ਫਿਰ ਲੂਜ਼ ਕੀਤਾ ਸੋ ਬਹੁਤ ਟਾਈਮ ਲੱਗਾ ਇਸ ਪ੍ਰੋਜੈਕਟ ਨੂੰ ਬਣਨ 'ਚ ਜਾਨੀ ਐਂਡ ਬੀ ਪ੍ਰੈਗ ਨੇ ਆਪਣਾ ਬੈਸਟ ਮਿਊਜ਼ਿਕ ਦਿੱਤਾ ਹੈ ਐਜ਼ ਆਲਵੇਜ਼ ਸੋ ਮੈਨੂੰ ਲੱਗਦਾ ਕਿ ਦਿਸ ਇਜ਼ ਅ ਮਾਸਟਰ ਪੀਸ ਐਂਡ ਟਾਈਮ ਲੈ ਕੇ ਬਣੀਆਂ ਫਿਲਮਾਂ ਹਮੇਸ਼ਾ ਤੁਹਾਨੂੰ ਬਹੁਤ ਅੰਦਰ ਤੱਕ ਵੱਸਦੀਆਂ ਨੇ ਸੋ ਉਹ ਐਕਸਪੀਰੀਅੰਸ ਤਾਂ ਹੀ ਵਧੀਆ ਹੁੰਦਾ ਜਦੋਂ ਤੁਸੀਂ ਉਹਨੂੰ ਸਿਲਵਰ ਸਕਰੀਨ 'ਤੇ ਜਾ ਕੇ ਵੇਖਦੇ ਹੋ ਨੋਟ ਔਨ LCD ਨੋਟ ਔਨ TV ਵੱਡੀ ਸਕਰੀਨ 'ਤੇ ਜਾ ਕੇ ਵੇਖੋ ਅਸੀਂ ਥੀਏਟਰਸ 'ਚ ਤੁਹਾਨੂੰ ਐਂਟਰਟੇਨ ਕਰਨ ਲਈ ਇੰਨੀ ਮਿਹਨਤ ਲਾ ਦਿੰਦੇ ਹਾਂ ਤੁਸੀਂ ਸਿਰਫ ਉੱਠ ਕੇ ਜਾਣਾ ਐਂਡ ਵੇਖਣੀ ਸੋ ਆਈ ਵੁੱਡ ਰਿਕੁਐਸਟ ਐਵਰੀਬਡੀ ਕਿ ਥੀਏਟਰਸ 'ਚ ਜਾ ਕੇ ਫਿਲਮ ਵੇਖੋ ਐਕਸਪੀਰੀਅੰਸ ਕਰੋ ਐਂਡ ਜੇ ਤੁਹਾਨੂੰ ਵਧੀਆ ਲੱਗੇ ਤੁਹਾਡੇ ਜੋ ਵੀ ਰਿਵਿਊਜ਼ ਹੋਣ ਸਾਨੂੰ ਫੀਡਬੈਕ ਦਿਓ ਸੋਸ਼ਲ ਮੀਡੀਆ 'ਤੇ ਅਸੀਂ ਤੁਹਾਡੇ ਨਾਲ ਕਨੈਕਟਡ ਹਾਂ ਐਂਡ ਦਿਸ ਇਜ਼ ਇਟ ਲੇਖ ਆ ਰਹੀ ਹੈ 1 April ਨੂੰ ਗੋ ਐਂਡ ਵਾਚ ਇਟ ਇਨ ਟੂ ਦੀ ਥੀਏਟਰਸ ਗਾਈਸ ਮੈਂ ਸਾਰਿਆਂ ਨੂੰ ਕਹੂੰਗਾ ਜੀ ਆਪਣਾ ਆਪਣਾ ਖਿਆਲ ਰੱਖੋ ਅਤੇ ਫਿਲਮਾਂ ਇੰਜੋਏ ਕਰੋ ਪਰਿਵਾਰ ਦੇ ਨਾਲ ਚੰਗੀਆਂ ਫਿਲਮਾਂ ਨੂੰ ਸਪੋਰਟ ਕਰੋ ਜੇ ਕੋਈ ਮਾੜੀਆਂ ਨੇ ਤਾਂ ਉਹਨਾਂ ਨੂੰ ਨਿੰਦਣ ਦਾ ਵੀ ਤੁਹਾਨੂੰ ਹੱਕ ਹੈ ਤੁਸੀਂ ਸਾਡੀ ਫਿਲਮ ਬਾਰੇ ਵੀ ਕੁਛ ਵੀ ਬੋਲ ਸਕਦੇ ਹਾਂ ਪਰ 1 April ਨੂੰ ਵੇਖਣ ਤੋਂ ਬਾਅਦ